ਪਾਕਿਸਤਾਨ ਹੁਣ ਹਰ ਮਹਿਕਮੇ ਦੇ ਵਜ਼ੀਰ ਕੋ ਆਖਿਆ ਕਿ ਤੁਸੀਂ 3 ਮਹੀਨੇ ਦੇ ਵਿੱਚ ਆਪਣੇ ਮਹਿਕਮੇ ਨੂੰ ਸਮਝੋ ਵੀ ਸਹੀ ਅਤੇ ਹੁਣ ਇਹਦੀ ਬਿਹਤਰੀ ਦੀ ਮਨਸੂਬਾਬੰਦੀ ਕਰੋ। ਉਹ 100 ਟੀਏ ਦਾ ਸਾਡਾ ਮਰਹਲਾ ਖੈਰੀਅਤ ਦੇ ਨਾਲ ਮੁਕੰਮਲ ਥੀ ਗਏ। ਹੁਣ ਸਮਝੋ ਕਿ ਪਿਛਲੇ ਮਹੀਨੇ ਮੇਰੇ ਕੋਲ ਮੌਕਾ ਮਿਲੇ ਇੱਕ ਹਫ਼ਤੇ ਚੱਕਰ ਲਾਉਣ ਦਾ, ਕੁਝ ਇਲਾਕੇ ਵਿੱਚ ਗਿਆ। ਹੁਣ ਵੱਲ ਸਮਝੋ ਕਿ ਮੈਂ 31 ਤਾਰੀਖ ਨੂੰ ਰਾਜਨਪੁਰ ਆਇਆ ਅਤੇ ਅੱਜ ਮੇਰੀ ਤਿਆਰੀ ਹੈ ਵਾਪਸ ਲਾਹੌਰ ਵੰਜਣ ਦੀ। ਅੱਜ ਦਾ ਪ੍ਰੋਗਰਾਮ ਤੁਹਾਡੀ ਖਿਦਮਤ ਵਿੱਚ, ਜਿਹੜਾ ਮੁਹੰਮਦਪੁਰ ਕਸਬਾ ਹੈ, PP 294 ਹਲਕੇ ਦਾ, ਇਹ ਸਾਰੇ ਕਿ ਵੱਡਾ ਸ਼ਹਿਰ ਹੈ। ਸਮਝੋ ਸਾਡੇ ਮੇਰੇ MP ਹਲਕੇ ਦੇ ਵਿੱਚ ਕੋਈ ਮਿਊਂਸੀਪਲ ਕਮੇਟੀ ਨਹੀਂ, ਲੇਕਿਨ ਮੈਂ ਸਮਝਦਾ ਕਿ ਇਹੋ ਸਾਡੀ ਮਿਊਂਸੀਪਲ ਕਮੇਟੀ ਅਤੇ ਸਾਰੇ ਕਿ ਵੱਡੀ ਗੁੰਜਾਨ ਆਬਾਦੀ ਵਾਲਾ ਸ਼ਹਿਰ ਹੈ। ਹਿੰਦੇ ਮਸਾਇਲ ਦੀ ਨਿਸ਼ਾਨਦਹੀ ਤਮਾਮ ਦੋਸਤੇ ਨੇ ਬੜੀ ਤਫਸੀਲ ਦੇ ਨਾਲ ਕੀਤੀ ਹੈ। ਮੇਰੇ ਵਾਸਤੇ ਅੱਜ ਦੀ ਨਿਸ਼ਾਨਦਹੀ ਕਿਨੂੰ ਜ਼ਿਆਦਾ ਅਹਿਮ ਇਹ ਸ਼ੈ ਹੋ ਸਕੇ ਕਿ ਅਸਾਂ ਹਿੰਨੇ ਇੱਕ ਮਸਲੇ ਦੀ ਪੈਰਵੀ ਕਰੂੰ ਅਤੇ ਹਿੰਨੇ ਕੁ ਇੱਕ ਕਰਤੇ ਮੰਤਕੀ ਅੰਜਾਮ ਤੱਕ ਪਹੁੰਚਾਉਂ ਅਤੇ ਹਿੰਨੇ ਦਾ ਹੱਲ ਕੱਢੂੰ। ਇਹ ਗੱਲ ਵੀ ਤੁਹਾਡੇ ਸਾਹਮਣੇ ਹੈ ਅਦਾ ਕਿ ਸਾਡੇ ਕੋਲ ਫੰਡਸ ਦੀ ਉਵੇਂ ਫਰਾਵਾਨੀ ਨਹੀਂ ਜਿਵੇਂ ਸਾਬਕਾ ਅਦਵਾਰ ਦੇ ਵਿੱਚ ਹੁੰਦੀ ਹੈ। ਇਹ ਵੀ ਮੈਂ ਤੁਹਾਨੂੰ ਕਹਿੰਦਾ ਪਿਆ ਕਿ ਫੰਡਸ ਦੀ ਕਮੀ ਦਾ ਮਤਲਬ ਇਹ ਨਹੀਂ ਕਿ ਮੈਂ ਹੀ ਸ਼ੈ ਕਿਨੂੰ ਲੁਕਦਾ ਪਿਆ ਕਿ ਅਸਾਂ ਤਰੱਕੀਆਤੀ ਕੰਮੇ ਨੂੰ ਘੱਟ ਕਰੇ ਸੂ। ਮੇਰਾ ਤੁਹਾਡੇ ਨਾਲ ਵਾਅਦਾ ਹੈ ਕਿ ਸਾਡੇ ਲੀਡਰ ਇਮਰਾਨ ਖਾਨ ਸਾਹਿਬ ਨੇ ਜਨੂਬੀ ਪੰਜਾਬ ਵਿੱਚ ਸਰਦਾਰ ਉਸਮਾਨ ਖਾਨ ਬੁਜ਼ਦਾਰ ਨੂੰ ਵਜ਼ੀਰ ਆਲਾ ਪੰਜਾਬ ਬਣਾ ਕੇ ਸਾਡੇ ਜਨੂਬੀ ਪੰਜਾਬ ਦੇ ਉੱਤੇ ਇੱਕ ਬਹੁਤ ਵੱਡਾ ਅਹਿਸਾਨ ਕੀਤੇ। ਜੱਡਣ ਵੀ ਅਸਾਂ ਉਸਮਾਨ ਬੁਜ਼ਦਾਰ ਸਾਹਿਬ ਨੂੰ ਮਿਲੂੰ ਤਾਂ ਅਸਾਂ ਉਹਦੇ ਨਾਲ ਇੱਕੋ ਗੱਲ ਕਰੇਂਦੂ ਕਿ ਤੇਰਾ ਸਾਡਾ ਰਾਜਨਪੁਰ ਜ਼ਿਲ੍ਹੇ ਵਾਲੇ ਦਾ ਤੇਰੇ ਕਿਨੂੰ ਕਈ ਵਿਆਹ ਮੁਤਾਲਬਾ ਨਹੀਂ, ਇੱਕੋ ਮੁਤਾਲਬਾ ਹੈ ਕਿ ਜਿਵੇਂ ਤੁਸਾਂ ਡੇਰਾ ਗਾਜ਼ੀ ਖਾਨ ਨੂੰ ਆਪਣਾ ਸ਼ਹਿਰ ਅਤੇ ਆਪਣਾ ਘਰ ਸਮਝ ਦਿਓ, ਇਵੇਂ ਰਾਜਨਪੁਰ ਜ਼ਿਲ੍ਹਾ ਵੀ ਤੁਹਾਡਾ ਆਪਣਾ ਘਰ ਅਤੇ ਤੁਹਾਡਾ ਆਪਣਾ ਸ਼ਹਿਰ ਹੈ। ਤੁਹਾਡੇ ਤਰੱਕੀਆਤੀ ਮਨਸੂਬੇ, ਤੁਹਾਡੇ ਜਿਹੜੇ ਜਾਇਜ਼ ਮਸਲੇ ਹਨ ਅਤੇ ਬਹੁਤ ਜੈਨੂਅਨ ਮਸਲੇ ਹਨ ਅਤੇ ਬਹੁਤ ਦਰੀਨਾ ਮਸਲੇ ਹਨ, ਹੁਣੇ ਦੀ ਅਸਾਂ ਮੁਕੰਮਲ ਲਿਸਟ ਬਣਵੇਂਦੇ ਪਿਓ। ਮੇਰਾ ਤੁਹਾਡੇ ਨਾਲ ਵਾਅਦਾ ਹੈ ਕਿ ਆਈਂਦਾ ਆਉਣ ਵਾਲੇ 1-1.5 ਮਹੀਨੇ ਦੇ ਅੰਦਰ ਅਸਾਂ ਵਜ਼ੀਰ ਆਲਾ ਸਾਹਿਬ ਨੂੰ ਇੱਥੇ ਹੀ ਆਉਣ ਦੀ ਦਾਵਤ ਦੇ ਸੂ, ਉਹ ਇੱਥਾਂ ਤਸ਼ਰੀਫ ਲੈਣਾ ਹੋਸੇ। ਸਾਡੇ ਜਿਹੜੇ ਬਹੁਤ ਜੈਨੂਅਨ ਮਸਾਇਲ ਹਨ, ਹੁਣੇ ਦੇ ਵਾਸਤੇ ਫੰਡਸ ਵੀ ਮੁਹੱਈਆ ਕਰੇ ਸਨ ਅਤੇ ਹੁਣੇ ਦੇ ਉੱਤੇ ਅਮਲੀ ਜਿਹੜੇ ਇਕਦਾਮਾਤ ਹਨ ਹੁਣੇ ਕੋ ਵੀ ਯਕੀਨੀ ਬਣੇ ਸਨ। ਅਸਾਦਾ ਇਹ ਸਿਲਸਿਲਾ ਤੁਹਾਡੇ ਨਾਲ ਮੁਲਾਕਾਤ ਦਾ ਅੱਜ ਖਤਮ ਨਹੀਂ ਥੀ ਵੰਜਣਾ। ਸਿਆਸਤ ਦੇ ਵਿੱਚ ਅੱਧਾ ਮੈਂ ਜੀਵਨ ਸਿਆਸੀ ਤਕਰੀਰ ਕਰੇਂਦਾ ਤਾਂ ਮੇਰੀ ਬਿਸਮਿਲਾ ਹੁੰਦੀ ਹੈ ਕਿ ਇੱਜ਼ਤ ਔਰ ਜ਼ਿਲਤ ਅੱਲਾਹ ਤਾਲਾ ਦੇ ਇਖਤਿਆਰ ਦੇ ਵਿੱਚ ਹੈ। ਭਲੇ ਅਸਾਂ ਕਹੀਂ ਅਹੁਦੇ ਦੇ ਉੱਤੇ ਹੋਵਾਂ ਜਾਂ ਨਾ ਹੋਵਾਂ, ਤੁਹਾਡਾ ਅਤੇ ਸਾਡਾ ਤਾਲੁਕ ਇੱਕ ਦੂਜੇ ਦੇ ਨਾਲ ਨਾ ਖਤਮ ਥੀਵਣ ਵਾਲਾ ਹੈ। ਅਸਾਂ ਬਤੌਰ ਵਜ਼ੀਰ ਵੀ ਅਤੇ ਬਤੌਰ ਤੁਹਾਡੇ ਭਰਾ ਵੀ, ਕਈ MP MNA ਹੋਸੂ ਨਾ ਹੋਸੂ, ਅਸਾਂ ਤੁਹਾਡੀ ਖਿਦਮਤ ਦੇ ਵਾਸਤੇ, ਤੁਹਾਡੇ ਬੱਚਿਆਂ ਦੀ ਜ਼ਿੰਦਗੀ ਨੂੰ ਆਸਾਨ ਕਰਨ ਦੇ ਵਾਸਤੇ ਹਰ ਹਵਾਲੇ ਦੇ ਨਾਲ ਹਾਜ਼ਰ ਹੋਸੂ। ਤੁਹਾਡੇ ਕਿਨੂੰ ਮੇਰੀ ਇਸਤਦਾ ਇਹੋ ਹੋਸੇ ਕਿ ਅਗਰ ਸਾਡੇ ਕੋਲ ਫੰਡ ਹਨ ਮਹਿਦੂਦ ਤਾਂ ਤੁਸਾਂ ਜਿਹੜਾ ਮਾਮਲਾ ਸਾਰੇ ਕਿਨੂੰ ਜ਼ਿਆਦਾ ਜ਼ਰੂਰੀ ਹੈ, ਹਰ ਮਾਮਲਾ ਜ਼ਰੂਰੀ ਹੈ, ਪਰ ਹੁਣ ਦੇ ਵਿੱਚ ਜਿੰਕੂ ਤੁਸਾਂ ਸਮਝ ਦਿਓ ਕਿ ਯਾਰ ਹਿੰਦੇ ਨਾਲ ਜ਼ਿਆਦਾ ਕਿਨੂੰ ਜ਼ਿਆਦਾ ਲੋਕਾਂ ਨੂੰ ਫਾਇਦਾ ਦੇ ਸਕਦੇ, ਅਸਾਂ ਪਹਿਲੇ ਸਾਲ ਹੁਣ ਮਨਸੂਬੇ ਨੂੰ ਪੂਰਾ ਕਰੋ, ਬਲ ਆਈਂਦਾ ਸਾਲ ਦੂਜੇ ਨੰਬਰ ਵਾਲੇ ਤੱਕ ਸਾਡੇ ਕੋਲ 5 ਸਾਲ ਹਨ। ਆਈਂਦਾ ਇਲੈਕਸ਼ਨ ਕਿਨੂੰ ਪਹਿਲੇ ਅਸਾਂ ਆਪਣੇ ਲੋਕਾਂ ਕਿਨੂੰ ਜਿੰਨੇ ਸਾਡਾ ਸਾਥ ਦਿੱਤੇ